ਗ੍ਰਾਹਕ ਬਣ ਕੇ ਦੁਕਾਨ ਦੇ ਵਿੱਚ ਆਏ ਸੀ ਲੁਟੇਰੇ ਤੇ ਜਿਵੇਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਦੁਕਾਨਦਾਰ ਦੀ ਦਲੇਰੀ ਨੇ ਇਹਨਾਂ ਦੇ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਇੱਕ ਮੋਬਾਈਲ ਦੀ ਦੁਕਾਨ ਦੇ ਉੱਤੇ ਦੁਕਾਨਦਾਰ ਦੇ ਕੋਲੋਂ ਮੋਬਾਈਲ ਖਰੀਦਣ ਦਾ ਇੱਕ ਨਾਟਕ ਕਰ ਰਹੇ ਨੇ, ਪਰ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਪਹਿਲਾਂ ਦੁਕਾਨਦਾਰ ਦੇ ਉੱਤੇ ਡੰਡੇ ਦੇ ਨਾਲ ਹਮਲਾ ਕਰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਸ ਨੂੰ ਲੁੱਟਣ ਲੱਗਦੇ ਨੇ ਤਾਂ ਦੁਕਾਨਦਾਰ ਦੇ ਵੱਲੋਂ ਇਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਲੁਟੇਰਾ ਤਾਂ ਫਰਾਰ ਹੋ ਜਾਂਦਾ ਜਦਕਿ ਦੂਸਰੇ ਨੂੰ ਦੁਕਾਨਦਾਰ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ। ਇੱਕ ਦੂਜੇ ਦੇ ਘਸੁੰਨ ਮੁੱਕੇ ਮਾਰੇ ਜਾਂਦੇ ਨੇ, ਦੁਕਾਨਦਾਰ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਅਤੇ ਦੁਕਾਨ ਦੇ ਵਿੱਚ ਪਿਆ ਕਾਊਂਟਰ ਵੀ ਜ਼ਮੀਨ 'ਤੇ ਡਿੱਗ ਜਾਂਦਾ, ਜਿਸ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਜਦੋਂ ਦੁਕਾਨ ਦੇ ਵਿੱਚ ਆਉਂਦੇ ਨੇ ਤਾਂ ਲੁਟੇਰੇ ਨੂੰ ਕਾਬੂ ਕਰ ਲੈਂਦੇ ਨੇ। ਹਾਲਾਂਕਿ ਇੱਕ ਵਾਰ ਤਾਂ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ, ਪਰ ਉਸ ਨੂੰ ਬਾਹਰ ਖੜ੍ਹੇ ਲੋਕਾਂ ਦੇ ਵੱਲੋਂ ਤੁਰੰਤ ਕਾਬੂ ਕਰ ਲਿਆ ਜਾਂਦਾ ਅਤੇ ਉਸਦੀ ਦੱਬ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੁਟੇਰੇ ਨੂੰ ਕਾਬੂ ਕੀਤਾ। ਹਾਲਾਂਕਿ ਗ੍ਰਾਹਕ ਬਣ ਕੇ ਇਹ ਲੁਟੇਰੇ ਦੁਕਾਨ ਦੇ ਵਿੱਚ ਆਏ ਸੀ ਅਤੇ ਮੌਕੇ ਦੇ ਉੱਤੇ ਹੀ ਦੁਕਾਨਦਾਰ ਨੇ ਦਲੇਰੀ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਗਲ ਤੋਂ ਫੜ ਲਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਗ੍ਰਾਹਕ ਬਣ ਕੇ ਦੁਕਾਨ ਦੇ ਵਿੱਚ ਆਏ ਸੀ ਲੁਟੇਰੇ ਤੇ ਜਿਵੇਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਦੁਕਾਨਦਾਰ ਦੀ ਦਲੇਰੀ ਨੇ ਇਹਨਾਂ ਦੇ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਸ਼ਖਸ ਇੱਕ ਮੋਬਾਈਲ ਦੀ ਦੁਕਾਨ ਦੇ ਉੱਤੇ ਦੁਕਾਨਦਾਰ ਦੇ ਕੋਲੋਂ ਮੋਬਾਈਲ ਖਰੀਦਣ ਦਾ ਇੱਕ ਨਾਟਕ ਕਰ ਰਹੇ ਨੇ, ਪਰ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਪਹਿਲਾਂ ਦੁਕਾਨਦਾਰ ਦੇ ਉੱਤੇ ਡੰਡੇ ਦੇ ਨਾਲ ਹਮਲਾ ਕਰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਸ ਨੂੰ ਲੁੱਟਣ ਲੱਗਦੇ ਨੇ ਤਾਂ ਦੁਕਾਨਦਾਰ ਦੇ ਵੱਲੋਂ ਇਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਲੁਟੇਰਾ ਤਾਂ ਫਰਾਰ ਹੋ ਜਾਂਦਾ ਜਦਕਿ ਦੂਸਰੇ ਨੂੰ ਦੁਕਾਨਦਾਰ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ। ਇੱਕ ਦੂਜੇ ਦੇ ਘਸੁੰਨ ਮੁੱਕੇ ਮਾਰੇ ਜਾਂਦੇ ਨੇ, ਦੁਕਾਨਦਾਰ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਅਤੇ ਦੁਕਾਨ ਦੇ ਵਿੱਚ ਪਿਆ ਕਾਊਂਟਰ ਵੀ ਜ਼ਮੀਨ 'ਤੇ ਡਿੱਗ ਜਾਂਦਾ, ਜਿਸ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਜਦੋਂ ਦੁਕਾਨ ਦੇ ਵਿੱਚ ਆਉਂਦੇ ਨੇ ਤਾਂ ਲੁਟੇਰੇ ਨੂੰ ਕਾਬੂ ਕਰ ਲੈਂਦੇ ਨੇ। ਹਾਲਾਂਕਿ ਇੱਕ ਵਾਰ ਤਾਂ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ, ਪਰ ਉਸ ਨੂੰ ਬਾਹਰ ਖੜ੍ਹੇ ਲੋਕਾਂ ਦੇ ਵੱਲੋਂ ਤੁਰੰਤ ਕਾਬੂ ਕਰ ਲਿਆ ਜਾਂਦਾ ਅਤੇ ਉਸਦੀ ਦੱਬ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੁਟੇਰੇ ਨੂੰ ਕਾਬੂ ਕੀਤਾ। ਹਾਲਾਂਕਿ ਗ੍ਰਾਹਕ ਬਣ ਕੇ ਇਹ ਲੁਟੇਰੇ ਦੁਕਾਨ ਦੇ ਵਿੱਚ ਆਏ ਸੀ ਅਤੇ ਮੌਕੇ ਦੇ ਉੱਤੇ ਹੀ ਦੁਕਾਨਦਾਰ ਨੇ ਦਲੇਰੀ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਗਲ ਤੋਂ ਫੜ ਲਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਗ੍ਰਾਹਕ ਬਣ ਕੇ ਦੁਕਾਨ ਦੇ ਵਿੱਚ ਆਏ ਸੀ ਲੁਟੇਰੇ ਤੇ ਜਿਵੇਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਦੁਕਾਨਦਾਰ ਦੀ ਦਲੇਰੀ ਨੇ ਇਹਨਾਂ ਦੇ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਸ਼ਖਸ ਇੱਕ ਮੋਬਾਈਲ ਦੀ ਦੁਕਾਨ ਦੇ ਉੱਤੇ ਦੁਕਾਨਦਾਰ ਦੇ ਕੋਲੋਂ ਮੋਬਾਈਲ ਖਰੀਦਣ ਦਾ ਇੱਕ ਨਾਟਕ ਕਰ ਰਹੇ ਨੇ, ਪਰ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਪਹਿਲਾਂ ਦੁਕਾਨਦਾਰ ਦੇ ਉੱਤੇ ਡੰਡੇ ਦੇ ਨਾਲ ਹਮਲਾ ਕਰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਸ ਨੂੰ ਲੁੱਟਣ ਲੱਗਦੇ ਨੇ ਤਾਂ ਦੁਕਾਨਦਾਰ ਦੇ ਵੱਲੋਂ ਇਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਲੁਟੇਰਾ ਤਾਂ ਫਰਾਰ ਹੋ ਜਾਂਦਾ ਜਦਕਿ ਦੂਸਰੇ ਨੂੰ ਦੁਕਾਨਦਾਰ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ। ਇੱਕ ਦੂਜੇ ਦੇ ਘਸੁੰਨ ਮੁੱਕੇ ਮਾਰੇ ਜਾਂਦੇ ਨੇ, ਦੁਕਾਨਦਾਰ ਦੇ ਵੱਲੋਂ
ਸ਼ੋਰ ਮਚਾਇਆ ਜਾਂਦਾ ਤੇ ਦੁਕਾਨ ਦੇ ਵਿੱਚ ਪਿਆ ਕਾਊਂਟਰ ਵੀ ਜ਼ਮੀਨ ਤੇ ਡਿੱਗ ਜਾਂਦਾ ਹੈ, ਜਿਸ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਜਦੋਂ ਦੁਕਾਨ ਦੇ ਵਿੱਚ ਆਉਂਦੇ ਨੇ ਤਾਂ ਲੁਟੇਰੇ ਨੂੰ ਕਾਬੂ ਕਰ ਲੈਂਦੇ ਨੇ। ਹਾਲਾਂਕਿ ਇੱਕ ਵਾਰ ਤਾਂ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਉਸ ਨੂੰ ਬਾਹਰ ਖੜੇ ਲੋਕਾਂ ਦੇ ਵੱਲੋਂ ਤੁਰੰਤ ਕਾਬੂ ਕਰ ਲਿਆ ਜਾਂਦਾ ਤੇ ਉਸਦੀ ਦੱਬ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੁਟੇਰੇ ਨੂੰ ਕਾਬੂ ਕੀਤਾ। ਹਾਲਾਂਕਿ ਗ੍ਰਾਹਕ ਬਣ ਕੇ ਇਹ ਲੁਟੇਰੇ ਦੁਕਾਨ ਦੇ ਵਿੱਚ ਆਏ ਸੀ ਅਤੇ ਮੌਕੇ ਦੇ ਉੱਤੇ ਹੀ ਦੁਕਾਨਦਾਰ ਨੇ ਦਲੇਰੀ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਗਲ ਤੋਂ ਫੜ ਲਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ।